ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੋ ਕੇ ਪ੍ਰਥਮ ਗੁਰੂ, ਗੁਰੂ ਨਾਨਕ ਦੇਵ ਸਾਹਿਬ ਜੀ ਕੇ 591 ਜਨ ਉਤਸਵ ਪਰ ਅੱਜ ਹਮ ਹਾਂਸੀ ਮਹਾਰਾਜ ਗੁਰਦੁਆਰੇ ਮੇ ਮੌਜੂਦ ਹੈ ਔਰ ਆਪ ਸਭੀ ਕੋ ਲੱਖ ਲੱਖ ਬਧਾਈਆਂ ਦੇਤੇ ਹੈ ਇਸ ਜਨਮੋਤਸਵ ਕਾ। ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨਿਰਾਕਾਰ ਈਸ਼ਵਰ ਕੀ ਪ੍ਰਾਰਥਨਾ ਮੇ ਵਿਸ਼ਵਾਸ ਰੱਖਦੇ ਥੇ ਔਰ ਜੈਂਡਰ ਇਕੁਆਲਿਟੀ, ਰਿਲੀਜੀਅਸ ਇਕੁਆਲਿਟੀ ਮੇ ਵਿਸ਼ਵਾਸ ਰੱਖਦੇ ਥੇ ਔਰ ਪ੍ਰਚਾਰ ਕਰਦੇ ਥੇ। ਆਜ ਇਸ ਗੁਰਦੁਆਰੇ ਕੀ ਇਸ ਉਤਸਵ ਮੇ ਵੀ ਹਮਨੇ ਕੁਛ ਐਸਾ ਹੀ ਨਜ਼ਾਰਾ ਦੇਖਾ, ਜਹਾਂ ਪੇ ਸਭੀ ਧਰਮ ਕੇ ਲੋਕ ਮੌਜੂਦ ਹੈ, ਸਭੀ ਧਰਮ ਕੇ ਲੋਗੋ ਨੇ ਏਕ ਸਾਥ ਪ੍ਰਾਰਥਨਾ ਕੀਆ। ਆਈਏ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਮਿਲਕਰ ਉਨਸੇ ਵਿਸ਼ੇਸ਼ ਜਾਣਨੇ ਕੀ ਕੋਸ਼ਿਸ਼ ਕਰਤੇ ਆਜ ਕੇ ਉਤਸਵ ਕੇ ਬਾਰੇ ਮੇ ਔਰ ਆਪ ਸਭੀ ਕੋ ਫਿਰ ਸੇ ਏਕ ਵਾਰ 591 ਜਨ ਉਤਸਵ ਕੇ ਲੱਖ ਲੱਖ ਬਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸੋ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ, ਜੋ ਡਰਾਈਵਰ ਸਿੰਘ ਹਨ, ਏਅਰਫੋਰਸ ਹੈ, ਇਲਾਕੇ ਦੀ ਸੰਗਤ ਹੈ, ਉਹ ਬੜੇ ਪ੍ਰੇਮ ਦੇ ਨਾਲ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਸਨ, ਉਹ ਹਿੰਦੂਆਂ ਨੂੰ ਵੀ ਪਿਆਰ ਕਰਦੇ ਸਨ, ਸਿੱਖਾਂ ਨੂੰ ਵੀ ਕਰਦੇ ਸਨ, ਹਸਾਈਆਂ ਨੂੰ ਵੀ ਕਰਦੇ ਸਨ, ਚੌ ਉਮਰਾਂ ਨੂੰ ਉਹ ਉਪਦੇਸ਼ ਕਰਦੇ ਸਨ। ਤਾਂ ਹੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੂਰੀ ਦੁਨੀਆ 'ਤੇ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਮਨਾਇਆ ਗਿਆ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਦਿਹਾੜਾ ਮਨਾਇਆ ਗਿਆ ਹੈ, 551ਵਾਂ ਇਹ ਪ੍ਰਕਾਸ਼ ਦਿਹਾੜਾ ਹੈ। ਉਹ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ, ਹੁਣ ਸੰਗਤਾਂ ਲੰਗਰ ਛਕ ਰਹੀਆਂ ਹਨ, ਭੋਗ ਪਏ ਹਨ, ਕੀਰਤਨ ਹੋਏ ਹਨ। ਸੋ ਸਾਰਿਆਂ ਨੂੰ ਲੱਖ ਲੱਖ ਫਿਰ ਦੁਬਾਰਾ ਵਧਾਈ ਹੋਵੇ ਜੀ। ਹਮ ਲੋਕ ਹਾਂਸੀ ਮਹਾਰਾਜ ਗੁਰਦੁਆਰੇ ਕੀ ਤਰਫ ਸੇ ਆਪ ਸਭੀ ਕੋ ਗੁਰੂ ਨਾਨਕ ਦੇਵ ਜੀ ਕੇ 591ਵੇਂ ਸਾਲ ਕੀ ਜਨਮ ਦਿਹਾੜੇ ਕੀ ਆਪ ਸਭਕੋ ਬਹੁਤ ਬਹੁਤ ਵਧਾਈ ਦੇਤੇ ਹੈ। ਹਮ ਸਭੀ ਕੇ ਲੀਏ ਯੇ ਇੱਕ ਫਖਰ ਕੀ ਬਾਤ ਹੈ ਕਿ ਹਮ ਲੋਕ ਸਭ ਲੋਕ ਮਿਲ ਕਰਕੇ ਇਸ ਦਿਹਾੜੇ ਕੋ ਇੱਕਦਮ ਮਤਲਬ ਕਿਸੀ ਵੀ ਜਾਤ ਪਾਤ ਕੋ ਨਜ਼ਰਅੰਦਾਜ਼ ਕਰਤੇ ਹੋਏ ਹਮ ਲੋਕ ਸਭ ਲੋਕ ਮਿਲ ਕਰਕੇ ਔਰ ਆਸ ਪਾਸ ਕੇ ਲੋਕੋ ਕੇ ਸਾਥ ਮਿਲ ਕਰਕੇ ਹਮ ਲੋਕ ਇਸ ਦਿਹਾੜੇ ਕੋ ਇਸ ਹਾਂਸੀ ਮਹਾਰਾਜ ਗੁਰਦੁਆਰੇ ਮੇ ਜੋ ਕਿ ਬੰਗਾਲ ਮੇ ਹੈ ਵਹਾਂ ਪਰ ਹਮ ਲੋਕ ਮਨਾਤੇ ਹੈ। ਵੀਰ ਜੀ ਸਵਾਗਤ ਹੈ ਆਪਕਾ ਫਿਰ ਸੇ ਔਰ ਆਪਕੋ ਵੀ 591 ਜਨਮੋਤਸਵ, ਗੁਰੂ ਨਾਨਕ ਦੇਵ ਜੀ ਕੇ 591 ਜਨਮੋਤਸਵ ਕੀ ਲੱਖ ਲੱਖ ਵਧਾਈਆਂ। ਦੇਖਾ ਹਮਨੇ ਆਪਕੋ ਅਕਸਰ ਦੇਖਾ ਹੈ ਕਿ ਆਪ ਹਰ ਧਰਮ ਕੇ ਐਸੇ ਉਤਸਵ ਮੇ ਪਹੁੰਚ ਜਾਤੇ, ਅੱਜ ਗੁਰਦੁਆਰੇ ਮੇ ਵੀ ਮੌਜੂਦ ਹੈ, ਦੇਖ ਕਰ ਕਾਫੀ ਖੁਸ਼ੀ ਹੋਈ। ਤੋ ਆਪਸੇ ਜਾਨਣਾ ਚਾਹੇਂਗੇ, ਸੁਣਨਾ ਚਾਹੇਂਗੇ ਕਿ ਆਪਕੀ ਕਿਆ ਪ੍ਰਤੀਕਿਰਿਆ ਹੈ ਔਰ ਕਿਆ ਸੋਚ ਕਰ ਆਪ ਅੱਜ ਇਸ ਉਤਸਵ ਮੇ ਮੌਜੂਦ ਹੋ। ਹਮ ਲੋਕ ਐਕਚੁਲੀ ਬਚਪਨ ਸੇ ਥੋੜ੍ਹਾ ਸੈਕੂਲਰਿਜ਼ਮ ਭਰਾ ਹੁਆ ਹੈ ਆਪਣਾ ਥਾਟ ਮੇ, ਥਾਟ ਪ੍ਰੋਸੈਸ ਵੈਸੇ ਹੀ ਹੈ। ਐਂਡ ਵੀ ਹੈਡ ਆਲ ਸੋਰ ਆਫ ਫਰੈਂਡਸ, ਕ੍ਰਿਸ਼ਚਨਸ ਵੀ ਹੈ, ਮੁਸਲਿਮਸ ਵੀ ਹੈ, ਈਵਨ ਸਿੱਖ ਤੋਂ ਬਹੁਤ ਮੇਰਾ ਦੋਸਤ ਲੋਕ ਹੈ। ਤੋ ਇਸ ਲਈ ਹਮ ਲੋਕ ਸਰਵ ਧਰਮ ਮੇ ਜੋ ਹੈ ਵਿਸ਼ਵਾਸ ਰੱਖਤੇ ਹੈ, ਉਸੀ ਵਜਹ ਸੇ ਹਮ ਲੋਕ ਜਹਾਂ ਵੀ ਸੇਵਾ ਦੇ ਸਕੇ ਜਾਂ ਜਹਾਂ ਵੀ ਥੋੜ੍ਹਾ ਸਾ ਜਾ ਕੇ ਕੁਛ ਆਪਣਾ ਯੋਗਦਾਨ ਦੇ ਸਕੇ ਉਸਮੇ ਜਾਣੇ ਕਾ ਕੋਸ਼ਿਸ਼ ਕਰਤੇ ਹੈ, ਆਟੋਮੈਟਿਕਲੀ ਸਭ ਕੁਛ ਹੋ ਜਾ ਰਹਾ ਹੈ, ਕਿਸੀ ਕੋ ਕੋਈ ਕਾਮ ਬਤਾਨੇ ਕਾ ਜ਼ਰੂਰਤ ਨਹੀਂ ਪੜ ਰਹਾ ਹੈ। ਆਦਮੀ ਲੋਕ ਆਪਣਾ ਆਪਣਾ ਕਾਮ ਆਪਣਾ ਆਪਣਾ ਜੋ ਵੀ ਸੇਵਾ ਦੇ ਸਕਤਾ ਆਪਣੇ ਹਿਸਾਬ ਸੇ ਕਰ ਰਹਾ ਹੈ, ਵਿਚ ਇਜ਼ ਫੈਂਟੈਸਟਿਕ। ਔਰ ਖਾਣੇ ਪੀਣੇ ਕਾ ਵੀ ਦੇਖੀਏ ਇਤਨਾ ਬੜੀਆਂ ਅਰੇਂਜਮੈਂਟ ਹੈ, ਭਜਨ ਕੀਰਤਨ ਚੱਲ ਰਹਾ ਹੈ, ਪ੍ਰਸਾਦ ਬਟ ਰਹਾ ਹੈ ਲੋਕੋ ਮੇ, ਮਤਲਬ ਆਈ ਸੀ ਅ ਲੋਟ ਆਫ ਪੋਜ਼ਿਟਿਵਿਟੀ। ਤੋ ਯੇ ਮੁਝੇ ਇੱਕ ਅੱਛਾ ਲਗਾ। ਜੈਸਾ ਕਿ ਹਮਨੇ ਸੁਣਾ ਯਹਾਂ ਪਰ ਆਏ ਹੋਏ ਸ਼ਰਧਾਲੂਓਂ ਸੇ ਕਿ ਕਿਸ ਤਰੀਕੇ ਸੇ ਅਲੱਗ ਧਰਮ ਸੇ ਹੋਣੇ ਕੇ ਬਾਵਜੂਦ ਵੀ ਆਜ ਗੁਰੂ ਨਾਨਕ ਦੇਵ ਜੀ ਕੇ ਜਨਮੋਤਸਵ ਪਰ ਸਭੀ ਯਹਾਂ ਏਕ ਹੀ ਪ੍ਰਕਾਰ ਕੇ ਏਕ ਹੀ ਬਰਾਬਰ ਉਤਸਾਹ ਸੇ ਯਹਾਂ ਮੌਜੂਦ ਹੋਤੇ ਹੈ ਔਰ ਸਿੱਖੋ ਕਿ ਇਸ ਤਿਉਹਾਰ ਮੇ ਸ਼ਰੀਕ ਹੋਤੇ ਹੋਏ ਸੇਵਾ ਪ੍ਰਦਾਨ ਕਰਤੇ ਹੈ, ਭੋਜਨ ਪ੍ਰਸਾਦ ਗ੍ਰਹਿਣ ਕਰਤੇ ਹੈ ਔਰ ਏਕ ਦੂਸਰੇ ਕੇ ਸਾਥ ਮਿਲ ਕਰ ਯੂਨਿਟੀ ਇਨ ਡਾਇਵਰਸਿਟੀ ਕਾ ਐਗਜ਼ਾਮਪਲ ਔਰ ਸਟਰੋਂਗ ਕਰਤੇ ਹੈ। ਸੰਗਤਾਂ ਕੀ ਬੜੇ ਪਿਆਰ ਦੇ ਨਾਲ
ਕਰਾਂਗਾ ਭੈਣ ਜੀ ਸ਼ਕੁੰਤਲਾ ਦੇਵੀ।